ਉਮਰਾਂ ਨਾਲ ਅਹਿਸਾਸ ਨਾਪ ਨਹੀਂ ਹੁੰਦੇ, ਅਕਲ ਨਾਲ ਅਨੁਮਾਨ ਹੀ ਲਗਾਏ ਜਾਂਦੇ ਹਨ। ਲੱਖ ਹੋਵਨ ਪੜ੍ਹੇ ਲਿਖੇ ਅਤੇ ਅਮੀਰ ਸ਼ਹਿਜ਼ਾਦੇ ਪਾਰ ਮਾਂ ਬੋਲੀ ਤੋਂ ਹੀ ਰੁਤਬੇ ਪਛਾਣੇ ਜਾਂਦੇ ਨੇ। ਸੋ ਹਰ ਪੰਜਾਬੀ ਜੋ ਸਰੋਤੇ ਦੇ ਰੂਪ ਵਿੱਚ ਹੈ, ਮੇਰੇ ਵੱਲੋਂ ਯਾਨੀ ਕਿ ਜਗਨੂਪ ਕੌਰ ਵੱਲੋਂ ਜੀ ਆਇਆਂ ਨੂੰ, ਆਓ ਸ਼ੁਰੂ ਕਰਦੇ ਹਾਂ ਵਿਆਕਰਨ ਦਾ ਇੱਕ ਫਿਰ ਨਵਾਂ ਵਿਸ਼ਾ। ਅੱਜ ਅਸੀਂ ਕਾਰਕ ਅਤੇ ਇਸ ਦੀਆਂ ਕਿਸਮਾਂ ਕਰਾਂਗੇ, ਅਤੇ ਹਰ ਵਾਰੀ ਦੀ ਤਰ੍ਹਾਂ ਅੱਜ ਅਸੀਂ ਕਾਰਕ ਦੀ ਪਰਿਭਾਸ਼ਾ ਕਰਨ ਤੋਂ ਪਹਿਲਾਂ ਕਰਾਂਗੇ ਕੁਛ ਉਦਾਹਰਣਾਂ, ਅਤੇ ਉਹਨਾਂ ਦੇ ਆਧਾਰ 'ਤੇ ਹੀ ਅਸੀਂ ਬਣਾਵਾਂਗੇ ਕਾਰਕ ਦੀ ਪਰਿਭਾਸ਼ਾ। ਆਓ ਸ਼ੁਰੂ ਕਰਦੇ ਹਾਂ ਉਦਾਹਰਣਾਂ। ਊੜਾ, ਸ਼ਰਨਜੀਤ ਨੇ ਕਮਲਜੀਤ ਨੂੰ ਵਧਾਈ ਦਿੱਤੀ। ਇਸ ਵਾਕ ਦੇ ਵਿੱਚ ਸ਼ਰਨਜੀਤ ਅਤੇ ਕਮਲਜੀਤ ਦੋਵੇਂ ਵਿਆਕਰਨ ਦੇ ਅਨੁਸਾਰ ਨਾਮ ਹਨ, ਅਤੇ ਵਧਾਈ ਦਿੱਤੀ ਜਿਹੜੀ ਹੈ ਵਿਆਕਰਨ ਦੇ ਅਨੁਸਾਰ ਕਿਰਿਆ ਹੈ, ਅਤੇ ਇਸ ਕਿਰਿਆ ਦਾ ਸ਼ਰਨਜੀਤ ਅਤੇ ਕਮਲਜੀਤ ਨਾਲ ਸੰਬੰਧ ਹੈ, ਅਤੇ ਇਹ ਸੰਬੰਧ ਵਾਕ ਵਿੱਚ ਵਰਤੇ ਸ਼ਬਦ ਨੇ ਨਾਲ ਪ੍ਰਗਟ ਹੁੰਦਾ ਹੈ। ਇਸ ਕਰਕੇ ਇਸ ਵਾਕ ਦੇ ਵਿੱਚ ਜਿਹੜਾ ਨਾਮ ਜਾਂ ਪੜਨਾਮ ਦਾ ਸੰਬੰਧ ਹੋਰਨਾਂ ਵਾਕ ਦੇ ਰੂਪਾਂ ਨਾਲ ਜੋੜ ਰਿਹਾ ਹੈ, ਉਸਨੂੰ ਅਸੀਂ ਕਾਰਕ ਕਹਿੰਦੇ ਹਾਂ। ਵਾਕ ਨੰਬਰ ਐੜਾ, ਇਹ ਮੋਹਨ ਦਾ ਭਰਾ ਹੈ। ਇਸ ਵਾਕ ਦੇ ਵਿੱਚ ਇਹ ਸ਼ਬਦ ਜਿਹੜਾ ਹੈ ਵਿਆਕਰਨ ਦੇ ਅਨੁਸਾਰ ਪੜਨਾਮ ਹੈ, ਅਤੇ ਮੋਹਨ ਸ਼ਬਦ ਜਿਹੜਾ ਹੈ ਵਿਆਕਰਨ ਦੇ ਅਨੁਸਾਰ ਨਾਮ ਹੈ, ਅਤੇ ਇਸੇ ਵਾਕ ਦੇ ਵਿੱਚ ਹੈ ਸ਼ਬਦ ਜਿਹੜਾ ਹੈ ਵਿਆਕਰਨ ਦੇ ਅਨੁਸਾਰ ਕਿਰਿਆ ਹੈ, ਅਤੇ ਇਸਦਾ ਕਿਰਿਆ ਦਾ ਮੋਹਨ ਅਤੇ ਉਸਦੇ ਭਰਾ ਨਾਲ ਸੰਬੰਧ ਹੈ, ਅਤੇ ਇਹ ਸੰਬੰਧ ਵਾਕ ਵਿੱਚ ਵਰਤੇ ਗਏ ਸ਼ਬਦ ਦਾ ਨਾਲ ਪ੍ਰਗਟ ਹੁੰਦਾ ਹੈ। ਸੋ ਇਸ ਕਰਕੇ ਦਾ ਸ਼ਬਦ ਜਿਹੜਾ ਹੈ ਵਿਆਕਰਨ ਦੇ ਅਨੁਸਾਰ ਇੱਥੇ ਕਾਰਕ ਹੈ, ਜੋ ਕਿ ਨਾਮ ਅਤੇ ਪੜਨਾਮ ਦਾ ਸੰਬੰਧ ਵਾਕ ਵਿੱਚ ਆਏ ਹੋਰਨਾਂ ਸ਼ਬਦਾਂ ਦੇ ਨਾਲ ਜੋੜਿਆ ਹੈ। ਇੱਥੇ ਇੱਕ ਗੱਲ ਨੋਟ ਕਰਨ ਵਾਲੀ ਹੈ ਕਿ ਉੱਪਰ ਜਿਹੜੀਆਂ ਅਸੀਂ ਉਦਾਹਰਨਾਂ ਕੀਤੀਆਂ ਨੇ, ਇਹਨਾਂ ਵਿੱਚ ਕਾਰਕ ਰੂਪ ਸ਼ਬਦਾਂ ਦਾ ਅਤੇ ਨੇ ਨੂੰ ਸੰਬੰਧਕੀ ਚਿੰਨ੍ਹ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਨਾਮ ਅਤੇ ਪੜਨਾਮ ਦਾ ਸੰਬੰਧ ਵਾਕ ਵਿੱਚ ਆਏ ਹੋਰਨਾਂ ਸ਼ਬਦਾਂ ਦੇ ਨਾਲ ਜੋੜਦੇ ਹਨ। ਇਸ ਕਰਕੇ ਇਹਨਾਂ ਨੂੰ ਅਸੀਂ ਕਾਰਕੀ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਵੀ ਕਹਿੰਦੇ ਹਾਂ। ਆਓ ਹੁਣ ਕਰਦੇ ਹਾਂ ਕਾਰਕ ਦੀ ਪਰਿਭਾਸ਼ਾ। ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਸੰਬੰਧ ਆਪਣੇ ਵਾਕ ਦੀ ਕਿਰਿਆ ਨਾਲ ਜਾਂ ਵਾਕ ਦੇ ਹੋਰਨਾਂ ਸ਼ਬਦਾਂ ਨਾਲ ਪ੍ਰਗਟ ਕਰਨ ਜਾਂ ਦੱਸਣ ਵਾਲੇ ਰੂਪਾਂ ਨੂੰ ਕਾਰਕ ਆਖਦੇ ਹਨ। ਕਾਰਕੀ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ, ਕਿਸੇ ਵਾਕ ਵਿੱਚ ਨਾਮ ਜਾਂ ਪੜਨਾਮ ਨਾਲ ਲੱਗੇ ਜਿਨ੍ਹਾਂ ਚਿੰਨ੍ਹਾਂ ਦੁਆਰਾ ਉਹ ਸੰਬੰਧ ਪ੍ਰਗਟ ਕਰਦਾ ਹੈ, ਉਹਨਾਂ ਨੂੰ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਕਿਹਾ ਜਾਂਦਾ ਹੈ। ਇਹ ਚਿੰਨ੍ਹ ਆਮ ਤੌਰ 'ਤੇ ਹੁੰਦੇ ਹਨ, ਜਿਵੇਂ ਨੇ, ਨੂੰ, ਨਾਲ, ਰਾਹੀਂ, ਵਾਸਤੇ, ਤੋਂ, ਪਰ, ਦਾ ਆਦਿ। ਸੋ ਇਹ ਸੰਬੰਧਕੀ ਜਾਂ ਕਾਰਕ ਚਿੰਨ੍ਹ ਕਹੇ ਜਾਂਦੇ ਨੇ, ਜੋ ਵਾਕ ਵਿੱਚ ਨਾਮ ਜਾਂ ਪੜਨਾਮ ਦਾ ਸੰਬੰਧ ਵਾਕ ਵਿੱਚ ਆਏ ਹੋਰਨਾਂ ਸ਼ਬਦਾਂ ਨਾਲ ਜਾਂ ਕਿਰਿਆ ਨਾਲ ਜੋੜਦੇ ਹਨ, ਤਾਂ ਇਹ ਸੰਬੰਧਕੀ ਚਿੰਨ੍ਹ ਅਖਵਾਉਂਦੇ ਹਨ। ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਅਸੀਂ ਇੱਕ ਹੋਰ ਉਦਾਹਰਣ ਕਰਦੇ ਹਾਂ। ਉਸ ਨੇ ਇਸ਼ਨਾਨ ਕੀਤਾ। ਇਸ ਵਾਕ ਵਿੱਚ ਉਸ ਸ਼ਬਦ ਜਿਹੜਾ ਵਿਆਕਰਨ ਦੇ ਅਨੁਸਾਰ ਪੜਨਾਮ ਹੈ, ਅਤੇ ਇਸ਼ਨਾਨ ਅਤੇ ਕੀਤਾ ਹੈ ਜੋ ਹੈ ਵਿਆਕਰਨ ਦੇ ਅਨੁਸਾਰ ਕਿਰਿਆ ਹੈ। ਸੋ ਇਸ ਵਾਕ ਦੇ ਵਿੱਚ ਨੇ ਸ਼ਬਦ ਅਜਿਹਾ ਹੈ ਜਿਸ ਨੇ ਪੜਨਾਮ ਦਾ ਸੰਬੰਧ ਵਾਕ ਵਿੱਚ ਆਏ ਹੋਰ ਸ਼ਬਦਾਂ ਅਤੇ ਕਿਰਿਆ ਦੇ ਨਾਲ ਜੋੜਿਆ ਹੈ। ਇਸ ਕਰਕੇ ਨੇ ਸ਼ਬਦ ਜਿਹੜਾ ਹੈ ਇੱਥੇ ਕਾਰਕ ਚਿੰਨ੍ਹ ਜਾਂ ਸੰਬੰਧਕੀ ਚਿੰਨ੍ਹ ਹੈ। ਹੁਣ ਅਸੀਂ ਕਾਰਕ ਦੀਆਂ ਕਿਸਮਾਂ ਕਰਾਂਗੇ। ਕਾਰਕ ਦੀਆਂ 8 ਕਿਸਮਾਂ ਹੁੰਦੀਆਂ ਹਨ। ਨੰਬਰ 1 ਕਰਤਾ ਕਾਰਕ, ਨੰਬਰ 2 ਕਰਮ ਕਾਰਕ, ਨੰਬਰ 3 ਕਰਨ ਕਾਰਕ, ਨੰਬਰ 4 ਸੰਪਰਦਾਨ ਕਾਰਕ, ਨੰਬਰ 5 ਅਪਾਦਾਨ ਕਾਰਕ, ਨੰਬਰ 6 ਸੰਬੰਧ ਕਾਰਕ, ਨੰਬਰ 7 ਅਧਿਕਰਨ ਕਾਰਕ, ਅਤੇ ਨੰਬਰ 8 ਸੰਬੋਧਨ ਕਾਰਕ। ਹੁਣ ਹਰ ਕਾਰਕ ਦੇ ਕੁਝ ਕਾਰਕ ਚਿੰਨ੍ਹ ਹੁੰਦੇ ਨੇ ਜਿਨ੍ਹਾਂ ਤੋਂ ਅਸੀਂ
वाक विच आए कारक नूं पहचानदे हाँ। ये कारक चिन्ह साडे लई याद करने बहुत जरूरी ने, क्योंकि इन्हां चिन्हां दे आधार ते ही असीं वाक विच किहड़ा कारक वरत्या गया उसकी पहचान कर सकते हाँ। आओ हुण असीं इन्हां कारक चिन्हां नूं वेख लैने हाँ ते समझ लैने हाँ। नंबर एक, करता कारक। इसका कारक चिन्ह है ने। जिस वाक विच ने शब्द आया होएगा उस तो पता लग जाएगा चिन्ह तो कि ये कर्ता कारक है। कर्म कारक नू ते करण कारक राही नाल द्वारा। जिस वाक दे विच इन्हां शब्दां विचों राही नाल द्वारा कोई भी चिन्ह जां शब्द दे रूप दे विच आया होएगा उत्थे करण कारक होवेगा। संपदान कारक इस दे चिन्ह हन लई, वास्ते ते खातर। अपादान कारक इस दे चिन्ह हन तों, कोलों, पासों। नंबर छे, संबंध कारक। इस दे कारक चिन्ह हन दा, दे, दी, मेरा, तेरा। नंबर सत, अधिकरण कारक। इस दे कारक चिन्ह हन पर, विच, ते, उत्ते, अंदर, बाहर। नंबर अठ, संबोधन कारक। तो इस दे कारक चिन्ह ओए, वे, नी। ये कारक चिन्ह जेकर तुसी बच्चों याद कर लोगे तो तुहानू कारक करने बहुत ही आसान हो जाएंगे। तुसी किसी भी तरह का कारक जिहड़ा कोई भी किस्म होगी उसनू वाक दे विच्चों लभ भी सकते हो तो उदाहरण भी बना सकते हो। सो इन्हां कारक चिन्हां की सहायता के नाल ही हुण असी कारक दियां किस्मां एक एक करके उदाहरणां सहित करांगे। सब तो पहलां असी करांगे कर्ता कारक। आओ करदे हां कर्ता कारक दियां उदाहरणां। उड़ा, सोहन सिंह रोटी खांदा है। इस वाक दे विच सोहन सिंह जिहड़ा है वह कर्ता है, जिसने काम करना है तो व्याकरण अनुसार नाम ही है। खांदा है किरिया है तो काम की कर रहा है रोटी खाण का। सो जेड़ा काम कर रहा है वो कर्ता कारक है। हुण रोटी खाण का काम सोहन कर रहा है इस करके सोहन सिंह कर्ता कारक है। पर इत्थे इस वाक दे विच कोई भी कारक चिन्ह नहीं लगा, इस करके सानू काम कर कौन रहा है, किस दे द्वारा किया जा रहा है, जेड़ा नाम जां प्रणाम काम कर रहा होएगा वाक विच ओही कर्ता कारक होवेगा। कर्ता कारक दे विच कई बार जेड़ा कारकी चिन्ह ने लगदा है वह नहीं लगाया जांदा। वाक नंबर ऐड़ा, ओ कुड़ी पढ़दी है। इस वाक दे विच पढ़दी है किरिया है ते कुड़ी जिहड़ा है व्याकरण के अनुसार नाम है ते ओ शब्द जिहड़ा है पड़नाम है। पर इत्थे पड़नाम जिहड़ा है नाम की विशेषता दस रहा है ते इस करके वाक दे विच काम कौन कर रहा है, कुड़ी। पर केड़ी कुड़ी, नाल ही उहदे लिखा होया है ओ कुड़ी, जो कि उसके कुड़ी की विशेषता दस रहा है। इस करके इस वाक दे विच ओ कुड़ी शब्द जिहड़ा होएगा ओ कर्ता कारक होएगा, जिहड़ा कि काम कर रहा है, जिस दे उत्ते काम करन दा बीड़ा पाया गया है कि काम कौन कर रहा है। सो वाक नंबर तीन, पहला वाक असी कीता सी सोहन सिंह रोटी खांदा है। हुण तीसरे वाक दे विच गए सोहन सिंह ने रोटी खाधी। सो ये वाक ओही है, बस इत्थे संबंधकी ते कारकी चिन्ह लगाया गया है, जिसने कर्ता जो कि सोहन सिंह है व्याकरण के अनुसार नाम है उसका संबंध वाक विच आए होना शब्दों के नाल जोड़िया है। पर काम करने वाला जिहड़ा इत्थे करता है वह सोहन सिंह है, इस करके ये कर्ता कारक होवेगा। आओ इन्हां उदाहरणों नूं फिर एक बार चंगी तरह समझते हाँ। जिवें कि पहले वाक विच खाण दा काम सोहन सिंह करता है, इसलिए सोहन सिंह कर्ता कारक है। जा नाम जो कि व्याकरण के अनुसार है, सोहन सिंह कर्ता कारक है। दूजे वाक विच पढ़न दा काम ओ कुड़ी करती है, जिथे ओ कुड़ी दा विशेषण है। सो तीजा पुरख जा अन्या पुरख पड़नाम ही है, इसलिए पड़नाम ओ कुड़ी कर्ता कारक है। जा असी ये भी कह सकते हैं कि पड़नाम ओ कुड़ी कर्ता कारक है।
पहले ते दूजे वाक विच कोई कारक चिन्ह नहीं है। तीजे वाक विच कारकी जां संबंधकी चिन्ह ने लगा होया है, पर इत्थे गल करते दी हो रही है, इस करके करता कारक जिहड़ा सोन सिंह ही होवेगा। आओ हुण असी करता कारक दी परिभाषा करदे हाँ। करता कारक दी परिभाषा, जिहड़ा नाम जां पड़नाम किसी किरिया नूं करन वाला होवे उसनों करता कारक कहा जाता है। जां किसी वाक विच काम करन वाले नाम जां पड़नाम नूं करता कारक कहा जाता है। ये सी करता कारक दी परिभाषा। हुण असी कारक दी दूसरी किस्म कर्म कारक करदे हाँ। आओ करदे हाँ कर्म कारक दियाँ कुछ उदाहरणां। उदाहरण वजों ऊड़ा, विद्यार्थी किताब पढ़ता है। इस वाक दे विच पढ़न दी क्रिया किताब उत्ते हो रही है, इसलिए किताब कर्म कारक है। तो किताब शब्द जिहड़ा है व्याकरण अनुसार नाम ही है। ऐड़ा, मुंडे हाकी खेडदे हन। इस वाक दे विच जिहड़ी खेडन दी क्रिया है वह हाकी दे उत्ते कीती जा रही है, इस लई हाकी शब्द जिहड़ा व्याकरण अनुसार नाम भी है ते कर्म कारक भी है, क्योंकि जिहड़ी भी क्रिया हो रही है वह हाकी दे उत्ते ही हो रही है, इसलिए हाकी शब्द जिहड़ा है कर्म कारक है। ईड़ी, कुड़ियां गिद्दा पा रही हैं। इस वाक दे विच जिहड़ा काम हो रहा है, जिहड़ी क्रिया हो रही है वह गिद्दे दे उत्ते हो रही है, तो गिद्दा व्याकरण के अनुसार नाम है ते इत्थे कर्म कारक है, क्योंकि जिन्नी भी क्रिया हो रही है वह सारी दी सारी इस वाक दे विच गिद्दे दे उत्ते हो रही है। सो उपरोक्त वाकां विच लकीरे गए शब्द किताब, हाकी ते गिद्दा कर्म कारक हन, क्योंकि क्रिया दे जिन्नियां भी क्रियावां हो रही ने उपरोक्त शब्दों के उत्ते हो रही ने, इसलिए ये कर्म कारक हन। आओ उदाहरण नूं होर चंगी तरह समझते हाँ। जिवें कि पहले वाक विच पढ़न दी क्रिया किताब उत्ते हो रही है, इसलिए किताब इत्थे कर्म कारक है। तो दूजे वाक विच खेडन दी जिहड़ी क्रिया सी वह हाकी ते हो रही सी, इसलिए इत्थे हाकी शब्द जिहड़ा है कर्म कारक है। तीजे वाक दे विच क्रिया गिद्दे दे उत्ते हो रही है, इसलिए गिद्दा इत्थे कर्म कारक है। आओ हुण करदे हां कर्म कारक दी परिभाषा। परिभाषा, जिस वाक दे विच नाम जां पड़नाम उत्ते क्रिया दा काम होवे, जां इह कह लवो कि जिस नाम जां पड़नाम उत्ते क्रिया दा प्रभाव पवे उसनूं नाम जां पड़नाम दा कर्म कारक मन्निया जांदा है, उस नाम जां पड़नाम नूं कर्म कारक आखदे हन। आओ हुण कारक दी तीसरी किस्म करण कारक करदे हाँ। करदे हाँ पहला कुछ उदाहरण ते इन्हां दे आधार ते ही असीं बनावांगे करण कारक दी परिभाषा। उदाहरण वजों सुरिंदर ने कंप्यूटर नाल तस्वीर नूं सवारिया। पहले वाक विच सुरिंदर, कंप्यूटर अते तस्वीर तिन्ने शब्द ही नाम हन। तस्वीर जिहड़ा शब्द है कर्म कारक नाम है, ते कंप्यूटर नाल तस्वीर नूं सवारन दा काम होया है, इसलिए कंप्यूटर जिहड़ा इत्थे है करण कारक है। वाक विच जिहड़ा नाम जां पड़नाम द्वारा क्रिया दा काम कीता जांदा है उसनूं ही करण कारक आखदे हन, इसलिए कंप्यूटर इत्थे जिहड़ा है करण कारक है। वाक ऐड़ा, प्रीतम ने इंटरनेट राही स्टोर का पता लभ लिया। इन्हां वाकां दे विच भी जिहड़ा प्रीतम है, इंटरनेट है जां स्टोर शब्द ने, ये व्याकरण के अनुसार नाम ने, ते पर इत्थे भी काम किस तरीके नाल हो रहा है, किस नाम जां पड़नाम द्वारा क्रिया का काम किया जा रहा है, जिवें कि इंटरनेट राही काम हो रहा है, इसलिए इत्थे इंटरनेट शब्द जिहड़ा है वह करण कारक है। उपरोक्त वाकां दे विच कंप्यूटर ते इंटरनेट करण कारक हन, क्योंकि इन्हां राही ही
ਕਿਰਿਆ ਹੋਈ ਹੈ। ਇਸ ਲਈ ਇਹ ਦੋ ਸ਼ਬਦ ਕਰਨ ਕਾਰਕ ਹਨ। ਆਓ ਉਦਾਹਰਣਾਂ ਨੂੰ ਇੱਕ ਵਾਰੀ ਫੇਰ ਸਮਝਦੇ ਹਾਂ। ਪਹਿਲੇ ਵਾਕ ਵਿੱਚ ਸੁਰਿੰਦਰ, ਕੰਪਿਊਟਰ ਅਤੇ ਤਸਵੀਰ, ਇਹ ਤਿੰਨੇ ਸ਼ਬਦ ਹੀ ਵਿਆਕਰਨ ਅਨੁਸਾਰ ਨਾਮ ਹਨ। ਤਸਵੀਰ ਕਰਮ ਕਾਰਕ ਨਾਮ ਹੈ ਅਤੇ ਕੰਪਿਊਟਰ ਨਾਲ ਤਸਵੀਰ ਨੂੰ ਸਵਾਰਨ ਦਾ ਕੰਮ ਹੋਇਆ ਹੈ, ਇਸ ਲਈ ਕੰਪਿਊਟਰ ਕਰਨ ਕਾਰਕ ਨਾਮ ਹੈ। ਦੂਜੇ ਵਾਕ ਵਿੱਚ ਇੰਟਰਨੈਟ ਜਿਹੜਾ ਹੈ ਉਹ ਕਰਨ ਕਾਰਕ ਨਾਮ ਹੈ, ਜਿਸ ਨਾਲ ਹੀ ਕਿਰਿਆ ਦੀ ਕਾਰਵਾਈ ਕੀਤੀ ਗਈ ਹੈ। ਆਓ ਹੁਣ ਅਸੀਂ ਕਰਨ ਕਾਰਕ ਦੀ ਪਰਿਭਾਸ਼ਾ ਕਰਦੇ ਹਾਂ। ਪਰਿਭਾਸ਼ਾ, ਜਿਸ ਨਾਮ ਜਾਂ ਪੜਨਾਮ ਨਾਲ ਕਿਰਿਆ ਦੀ ਕਾਰਵਾਈ ਕੀਤੀ ਜਾਵੇ ਜਾਂ ਜਿਸ ਨਾਮ ਜਾਂ ਪੜਨਾਮ ਰਾਹੀਂ ਕਿਰਿਆ ਦੀ ਕਾਰਵਾਈ ਕੀਤੀ ਜਾਵੇ ਉਸਨੂੰ ਕਰਨ ਕਾਰਕ ਦਾ ਨਾਮ ਜਾਂ ਪੜਨਾਮ ਕਿਹਾ ਜਾਂਦਾ ਹੈ। ਇਹ ਸੀ ਕਰਨ ਕਾਰਕ ਦੀ ਪਰਿਭਾਸ਼ਾ। ਆਓ ਕਰਦੇ ਹਾਂ ਕਾਰਕ ਦੀ ਚੌਥੀ ਕਿਸਮ, ਸੰਪਾਦਾਨ ਕਾਰਕ। ਉਦਾਹਰਣ ਵਜੋਂ, ਮਾਸਟਰ ਨੇ ਵਿਦਿਆਰਥੀ ਨੂੰ ਕਿਤਾਬ ਦਿੱਤੀ। ਹੁਣ ਇਸ ਵਾਕ ਦੇ ਵਿੱਚ ਮਾਸਟਰ, ਵਿਦਿਆਰਥੀ ਅਤੇ ਕਿਤਾਬ ਤਿੰਨ ਸ਼ਬਦ ਵਿਆਕਰਨ ਪੱਖੋਂ ਨਾਮ ਹਨ, ਪਰ ਪਹਿਲਾ ਸ਼ਬਦ ਜਿਹੜਾ ਹੈ ਮਾਸਟਰ, ਉਹ ਵਾਕ ਦੇ ਵਿੱਚ ਕਰਤਾ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਅਤੇ ਵਾਕ ਵਿੱਚ ਕਰਤਾ ਜਿਸ ਜਾਂ ਨਾਮ ਜਾਂ ਪੜਨਾਮ ਲਈ ਕੰਮ ਕਰਦਾ ਹੈ ਉਸਨੂੰ ਸੰਪਰਦਾਨ ਕਾਰਕ ਕਿਹਾ ਜਾਂਦਾ ਹੈ। ਹੁਣ ਜਿਵੇਂ ਇਸ ਵਾਕ ਦੇ ਵਿੱਚ ਮਾਸਟਰ ਕਿਸ ਲਈ ਕੰਮ ਕਰ ਰਿਹਾ ਹੈ, ਕਿਸ ਨੂੰ ਕਿਤਾਬ ਦਿੱਤੀ ਹੈ ਉਸਨੇ, ਵਿਦਿਆਰਥੀ ਨੂੰ, ਅਤੇ ਮਾਸਟਰ ਕਰਤਾ ਹੈ, ਵਿਦਿਆਰਥੀ ਲਈ ਕੰਮ ਕਰ ਰਿਹਾ ਹੈ, ਇਸ ਲਈ ਇਸ ਵਾਕ ਦੇ ਵਿੱਚ ਵਿਦਿਆਰਥੀ ਸ਼ਬਦ ਜਿਹੜਾ ਹੈ ਸੰਪਰਦਾਨ ਕਾਰਕ ਹੋਵੇਗਾ। ਜਿਵੇਂ ਕਿ ਅਸੀਂ ਸ਼ੁਰੂ ਵਿੱਚ ਵੀ ਪੜ੍ਹਿਆ ਸੀਗਾ ਕਿ ਹਰ ਕਾਰਕ ਦੇ ਕੁਝ ਕਾਰਕ ਚਿੰਨ੍ਹ ਹੁੰਦੇ ਹਨ, ਜਿਵੇਂ ਸੰਪਰਦਾਨ ਕਾਰਕ ਦੇ ਲਈ, ਵਾਸਤੇ, ਖਾਤਰ, ਇਹ ਤਿੰਨ ਕਾਰਕ ਜਾਂ ਸੰਬੰਧਕੀ ਚਿੰਨ੍ਹ ਸਨ। ਹੁਣ ਵਾਕ ਦਾ ਕਰਤਾ ਜਿਸ ਲਈ ਜਾਂ ਜਿਸ ਦੇ ਵਾਸਤੇ ਜਾਂ ਜਿਸ ਦੀ ਖਾਤਰ ਕੰਮ ਕਰਦਾ ਹੈ ਉਹ ਨਾਮ ਜਾਂ ਪੜਨਾਮ ਸ਼ਬਦ ਜਿਹੜਾ ਹੁੰਦਾ ਹੈ ਉਸ ਵਾਕ ਦੇ ਵਿੱਚ ਸੰਪਰਦਾਨ ਕਾਰਕ ਅਖਵਾਉਂਦਾ ਹੈ। ਵਾਕ ਐੜਾ, ਸੂਰਜ ਜੀਵਾਂ ਨੂੰ ਗਰਮੀ ਦਿੰਦਾ ਹੈ। ਇੱਥੇ ਵਾਕ ਦਾ ਕਰਤਾ ਹੈ ਸੂਰਜ, ਜੋ ਕਿ ਵਿਆਕਰਨ ਅਨੁਸਾਰ ਨਾਮ ਹੈ, ਅਤੇ ਕੰਮ ਕਿਹਦੇ ਲਈ ਕਰ ਰਿਹਾ ਹੈ? ਉਹ ਗਰਮੀ ਦਿੰਦਾ ਹੈ, ਪਰ ਕਿਸ ਨੂੰ ਦਿੰਦਾ ਹੈ, ਕਿਸ ਲਈ ਕੰਮ ਕਰ ਰਿਹਾ ਹੈ? ਜੀਵਾਂ ਲਈ, ਅਤੇ ਜੀਵ ਸ਼ਬਦ ਵੀ ਵਿਆਕਰਨ ਦੇ ਅਨੁਸਾਰ ਨਾਮ ਹੈ। ਸੋ ਵਾਕ ਦਾ ਕਰਤਾ ਸ਼ਬਦ, ਚਾਹੇ ਉਹ ਨਾਮ ਹੋਵੇ ਚਾਹੇ ਉਹ ਪੜਨਾਮ ਹੋਵੇ, ਵਾਕ ਵਿੱਚ ਆਏ ਦੂਜੇ ਸ਼ਬਦਾਂ ਦੇ ਲਈ ਜਦੋਂ ਕੰਮ ਕਰਦਾ ਹੈ, ਲਈ ਇੱਥੇ ਇਸਦਾ ਕਾਰਕੀ ਚਿੰਨ੍ਹ ਹੈ, ਤਾਂ ਉਸ ਸ਼ਬਦ ਨੂੰ ਜਿਸ ਸ਼ਬਦ ਲਈ ਕੰਮ ਕੀਤਾ ਜਾਂਦਾ ਹੈ ਉਹ ਸੰਪਰਦਾਨ ਕਾਰਕ ਅਖਵਾਉਂਦਾ ਹੈ। ਸੋ ਇਸ ਵਾਕ ਦੇ ਵਿੱਚ ਜੀਵਾਂ ਸ਼ਬਦ ਜਿਹੜਾ ਹੈ ਉਹ ਸੰਪਰਦਾਨ ਕਾਰਕ ਹੈ ਜਿਸ ਦੇ ਲਈ ਕੰਮ ਕੀਤਾ ਜਾ ਰਿਹਾ ਹੈ। ਵਾਕ ਨੰਬਰ ਈੜੀ, ਸੰਤੋਖ ਨੇ ਮੈਨੂੰ ਸਾਈਕਲ ਦਿੱਤਾ। ਇਸ ਵਾਕ ਦੇ ਵਿੱਚ ਸੰਤੋਖ ਸ਼ਬਦ ਨਾਮ ਹੈ ਅਤੇ ਸਾਈਕਲ ਜਿਹੜਾ ਹੈ ਉਹ ਵੀ ਵਿਆਕਰਨ ਅਨੁਸਾਰ ਨਾਮ ਹੈ ਅਤੇ ਮੈਨੂੰ ਸ਼ਬਦ ਜਿਹੜਾ ਹੈ ਉਹ ਵਿਆਕਰਨ ਦੇ ਅਨੁਸਾਰ ਪੜਨਾਮ ਹੈ। ਪਰ ਇੱਥੇ ਵਾਕ ਦਾ ਕਰਤਾ ਸੰਤੋਖ, ਜੋ ਕਿ ਵਿਆਕਰਨ ਅਨੁਸਾਰ ਨਾਮ ਹੈ, ਕਿਸ ਦੇ ਲਈ ਕੰਮ ਕਰ ਰਿਹਾ ਹੈ? ਉਸਨੇ ਕਿਸ ਨੂੰ ਸਾਈਕਲ ਦਿੱਤਾ? ਤਾਂ ਉੱਤਰ ਮਿਲੇਗਾ, ਮੈਨੂੰ ਸਾਈਕਲ ਦਿੱਤਾ। ਸੋ ਮੈਨੂੰ ਸ਼ਬਦ ਚਾਹੇ ਇੱਥੇ ਪੜਨਾਮ ਹੈ ਵਿਆਕਰਨ ਅਨੁਸਾਰ, ਪਰ ਵਾਕ ਦਾ ਕਰਤਾ ਜਿਸ ਸ਼ਬਦ, ਚਾਹੇ ਉਹ ਨਾਮ ਹੋਵੇ ਚਾਹੇ ਵਾਕ ਦਾ ਪੜਨਾਮ ਸ਼ਬਦ ਹੋਵੇ, ਕੰਮ ਕਰਦਾ ਹੈ ਉਹ ਸ਼ਬਦ ਸੰਪਰਦਾਨ ਕਾਰਕ ਅਖਵਾਉਂਦਾ ਹੈ। ਇਸ ਲਈ ਇੱਥੇ ਇਸ ਵਾਕ ਦੇ ਵਿੱਚ ਮੈਨੂੰ ਸ਼ਬਦ ਜਿਹੜਾ ਹੈ ਉਹ ਸੰਪਰਦਾਨ ਕਾਰਕ ਹੈ। ਸੋ ਉਪਰੋਕਤ ਵਾਕਾਂ ਦੇ ਵਿੱਚ ਲਕੀਰੇ ਗਏ ਸ਼ਬਦ ਵਿਦਿਆਰਥੀ, ਜੀਵਾਂ ਅਤੇ ਮੈਨੂੰ, ਇਹ ਸਾਰੇ ਸ਼ਬਦ ਸੰਪਰਦਾਨ ਕਾਰਕ ਹਨ। ਆਓ ਹੁਣ ਕਰਦੇ ਹਾਂ ਸੰਪਰਦਾਨ ਕਾਰਕ ਦੀ ਪਰਿਭਾਸ਼ਾ। ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਦੇ ਲਈ ਵਾਕ ਦਾ ਕਰਤਾ ਕੰਮ ਕਰਦਾ ਹੈ ਉਸਨੂੰ ਸੰਪਰਦਾਨ ਕਾਰਕ ਕਿਹਾ ਜਾਂਦਾ ਹੈ। ਹੁਣ ਅਸੀਂ ਕਾਰਕ ਦੀ ਪੰਜਵੀਂ ਕਿਸਮ ਅਪਾਦਾਨ ਕਾਰਕ ਕਰਾਂਗੇ। ਕਰਦੇ ਹਾਂ ਕੁਝ ਉਦਾਹਰਣਾਂ। ਉਦਾਹਰਨ ਕਰਨ ਤੋਂ ਪਹਿਲਾਂ ਸਾਨੂੰ ਅਪਾਦਾਨ ਸ਼ਬਦ ਦਾ ਮਤਲਬ ਪਤਾ ਹੋਣਾ ਚਾਹੀਦਾ ਹੈ।
अपादान शब्द का मतलब होता है किसी चीज़ को वक्ख करना, परे करना, अड करना जा दूर करना। सो आओ हुण करदे आं उदाहरण। नंबर उड़ा, मुंडे ने अपने डैक्स तो किताब लियांदी। इस वाक दे विच मुंडा शब्द जिहड़ा है वह व्याकरण के अनुसार नाम है। तो वाक विच जिस नाम जां पड़नाम तो किरिया का आरंभ होवे जां वक्ख होवे जां इस दे भाव प्रगट होण वक्ख होण दे जां आरंभ होण दे ਉਹ ਸ਼ਬਦ ਜਿਹੜਾ ਹੁੰਦਾ ਹੈ ਅਪਾਦਾਨ ਕਾਰਕ ਹੁੰਦਾ ਹੈ। ਜਿਵੇਂ ਕਿ ਇਸ ਵਾਕ ਦੇ ਵਿੱਚ ਮੁੰਡੇ ਤੋਂ ਜਿਹੜਾ ਕਿ ਵਿਆਕਰਨ ਅਨੁਸਾਰ ਨਾਮ ਹੈ ਕਿਰਿਆ ਦਾ ਆਰੰਭ ਹੋਇਆ ਅਤੇ ਵੱਖ ਕਿਸ ਨੂੰ ਕੀਤਾ, ਕਿਤਾਬ ਨੂੰ। ਕਿਸ ਤੋਂ ਕੀਤਾ ਹੈ? ਡੈਕਸ ਤੋਂ। ਸੋ ਇਸ ਵਾਕ ਦੇ ਵਿੱਚ ਡੈਕਸਕ ਸ਼ਬਦ ਜਿਹੜਾ ਹੈ ਉਹ ਵਿਆਕਰਨ ਦੇ ਅਨੁਸਾਰ ਅਪਾਦਾਨ ਕਾਰਕ ਹੈ, ਕਿਉਂਕਿ ਕਿਤਾਬ ਨੂੰ ਜਿਸ ਸ਼ਬਦ ਤੋਂ ਅਲੱਗ ਕੀਤਾ ਗਿਆ ਹੈ ਡੈਸਕ ਉਹ ਵਿਆਕਰਨ ਦੇ ਅਨੁਸਾਰ ਅਪਾਦਾਨ ਕਾਰਕ ਅਖਵਾਉਂਦਾ ਹੈ। ਵਾਕ ਐੜਾ, ਉਸਨੇ ਖੇਤ ਵਿੱਚੋਂ ਸਰੋਂ ਦਾ ਸਾਗ ਲਿਆਂਦਾ। ਹੁਣ ਇਸ ਵਾਕ ਦੇ ਵਿੱਚ ਉਸ ਸ਼ਬਦ ਜਿਹੜਾ ਹੈ ਉਹ ਵਿਆਕਰਨ ਅਨੁਸਾਰ ਪੜਨਾਮ ਹੈ ਅਤੇ ਕਿਰਿਆ ਦੇ ਵਿੱਚ ਉਸਨੇ ਸਰੋਂ ਦਾ ਸਾਗ ਲਿਆਂਦਾ ਹੈ। ਕਿੱਥੋਂ ਲਿਆਂਦਾ ਹੈ? ਖੇਤ ਵਿੱਚੋਂ। ਇਸ ਦਾ ਮਤਲਬ ਕਿ ਉਸਨੇ ਖੇਤ ਵਿੱਚੋਂ ਸਰੋਂ ਦਾ ਸਾਗ ਵੱਖ ਕੀਤਾ ਹੈ। ਇਸ ਲਈ ਇੱਥੇ ਖੇਤ ਸ਼ਬਦ ਜਿਹੜਾ ਹੋਏਗਾ ਉਹ ਅਪਾਦਾਨ ਕਾਰਕ ਹੋਏਗਾ ਜਿਸ ਵਿੱਚੋਂ ਕੋਈ ਚੀਜ਼ ਵੱਖਰੀ ਕੀਤੀ ਗਈ ਹੈ ਜਾਂ ਪਰੇ ਕੀਤੀ ਗਈ ਹੈ। ਸੋ ਇਸ ਪ੍ਰਕਾਰ ਐੜੇ ਵਾਕ ਦੇ ਵਿੱਚ ਖੇਤ ਸ਼ਬਦ ਜਿਹੜਾ ਹੈ ਅਪਾਦਾਨ ਕਾਰਕ ਹੈ। ਵਾਕ ਈੜੀ, ਰਮਨ ਦਿੱਲੀਓਂ ਆਇਆ ਹੈ। ਇਸ ਵਾਕ ਦੇ ਵਿੱਚ ਰਮਨ ਸ਼ਬਦ ਵਿਆਕਰਨ ਦੇ ਅਨੁਸਾਰ ਨਾਮ ਹੈ ਅਤੇ ਕਿਰਿਆ ਕੀ ਹੋਈ ਹੈ ਕਿ ਦਿੱਲੀਓਂ ਆਇਆ ਹੈ। ਸੋ ਵੱਖ ਕੀਤਾ ਗਿਆ ਉਸਨੂੰ ਦਿੱਲੀ ਤੋਂ। ਇਸ ਕਰਕੇ ਦਿੱਲੀ ਸ਼ਬਦ ਜਿਹੜਾ ਹੈ ਇਸ ਵਾਕ ਦੇ ਵਿੱਚ ਅਪਾਦਾਨ ਕਾਰਕ ਹੈ ਜਿਹੜਾ ਕਿ ਰਮਨ ਨੂੰ ਵੱਖ ਕਰਦਾ ਹੈ ਦਿੱਲੀ ਤੋਂ। ਸੋ ਉਪਰੋਕਤ ਵਾਕਾਂ ਦੇ ਵਿੱਚ ਲਕੀਰੇ ਹੋਏ ਸ਼ਬਦ ਡੈਸਕ, ਖੇਤ ਅਤੇ ਦਿੱਲੀਓਂ, ਇਹ ਸਾਰੇ ਹੀ ਸ਼ਬਦ ਅਪਾਦਾਨ ਕਾਰਕ ਹਨ। ਆਓ ਉਦਾਹਰਨ ਨੂੰ ਇੱਕ ਵਾਰੀ ਫਿਰ ਚੰਗੀ ਤਰ੍ਹਾਂ ਸਮਝਦੇ ਹਾਂ। ਸੋ ਇਸ ਤਰ੍ਹਾਂ ਪਹਿਲੇ ਵਾਕ ਵਿੱਚ ਕਿਤਾਬ ਨੂੰ ਡੈਸਕ ਤੋਂ ਅਤੇ ਦੂਜੇ ਵਾਕ ਵਿੱਚ ਸਰੋਂ ਦਾ ਸਾਗ ਨੂੰ ਖੇਤ ਤੋਂ ਵੱਖਰੇ ਕੀਤਾ ਗਿਆ ਹੈ ਅਤੇ ਤੀਜੇ ਵਾਕ ਵਿੱਚ ਰਮਨ ਨੂੰ ਦਿੱਲੀ ਤੋਂ ਵੱਖ ਕੀਤਾ ਗਿਆ ਹੈ। ਇਸ ਲਈ ਡੈਸਕ, ਖੇਤ ਅਤੇ ਦਿੱਲੀ ਸ਼ਬਦ ਅਪਾਦਾਨ ਕਾਰਕ ਹਨ। ਆਓ ਹੁਣ ਅਪਾਦਾਨ ਕਾਰਕ ਦੀ ਪਰਿਭਾਸ਼ਾ ਕਰਦੇ ਹਾਂ। ਅਪਾਦਾਨ ਸ਼ਬਦ ਦਾ ਅਰਥ ਹੈ ਹਟਾਉਣਾ, ਕੱਢਣਾ ਜਾਂ ਵੱਖ ਕਰਨਾ। ਸੋ ਜਿਹੜੇ ਸ਼ਬਦ ਵਾਕ ਵਿੱਚ ਜਿਸ ਨਾਮ ਜਾਂ ਪੜਨਾਮ ਤੋਂ ਕਿਰਿਆ ਦਾ ਕੰਮ ਆਰੰਭ ਹੋਵੇ ਜਾਂ ਵੱਖ ਹੋਣ ਦਾ ਭਾਵ ਪ੍ਰਗਟ ਕਰਨ, ਉਹਨਾਂ ਨੂੰ ਅਪਾਦਾਨ ਕਾਰਕ ਕਿਹਾ ਜਾਂਦਾ ਹੈ। ਆਓ ਹੁਣ ਕਰਦੇ ਹਾਂ ਕਾਰਕ ਦੀ ਛੇਵੀਂ ਕਿਸਮ ਸੰਬੰਧ ਕਾਰਕ। ਕਰਦੇ ਹਾਂ ਪਹਿਲਾਂ ਕੁਛ ਉਦਾਹਰਨਾਂ। ਊੜਾ, ਇਹ ਰਾਹੁਲ ਦਾ ਖਿਡੌਣਾ ਹੈ। ਇਸ ਵਾਕ ਦੇ ਵਿੱਚ ਇਹ ਸ਼ਬਦ ਜਿਹੜਾ ਵਿਆਕਰਨ ਦੇ ਅਨੁਸਾਰ ਪੜਨਾਮ ਹੈ। ਰਾਹੁਲ ਅਤੇ ਖਿਡੌਣਾ ਸ਼ਬਦ ਵਿਆਕਰਨ ਦੇ ਅਨੁਸਾਰ ਨਾਮ ਹੈ। ਖਿਡੌਣਾ ਹੈ, ਸੋ ਕਿਰਿਆ ਜਿਹੜੀ ਹੈ ਖਿਡੌਣੇ ਦੇ ਦੁਆਰਾ ਹੋ ਰਹੀ ਹੈ। ਲੇਕਿਨ ਖਿਡੌਣੇ ਦੇ ਉੱਤੇ ਮਾਲਕੀ ਕਿਸ ਦੀ ਹੈ, ਅਧਿਕਾਰ ਕਿਸ ਦਾ ਹੈ ਜਾਂ ਕਬਜ਼ਾ ਕਿਸ ਦਾ ਹੈ, ਉਹ ਜਿਹੜਾ ਸ਼ਬਦ ਹੋਏਗਾ ਨਾਮ ਵੀ ਹੋ ਸਕਦਾ ਹੈ ਪੜਨਾਮ ਵੀ ਹੋ ਸਕਦਾ ਹੈ, ਅਤੇ ਉਹ ਇੱਥੇ ਸੰਬੰਧ ਕਾਰਕ ਹੋਵੇਗਾ। ਹੁਣ ਇਸ ਵਾਕ ਦੇ ਵਿੱਚ ਖਿਡੌਣਾ ਕਿਸ ਦਾ ਹੈ? ਰਾਹੁਲ ਦਾ। ਸੋ ਇਹਦਾ ਮਤਲਬ ਹੈ ਕਿ ਇਸ ਵਾਕ ਦੇ ਵਿੱਚ ਰਾਹੁਲ ਜਿਹੜਾ ਹੈ ਉਹ ਸੰਬੰਧ ਕਾਰਕ ਹੈ, ਕਿਉਂਕਿ ਰਾਹੁਲ ਦੀ ਮਾਲਕੀ ਹੀ ਉਸ ਖਿਡੌਣੇ ਦੇ ਉੱਤੇ ਹੈ। ਵਾਕ ਐੜਾ, ਇਹ ਸਾਧੂ ਦੀ ਝੌਂਪੜੀ ਹੈ। ਇਸ ਵਾਕ ਵਿੱਚ ਵੀ ਇਹ ਸ਼ਬਦ ਜਿਹੜਾ ਹੈ ਵਿਆਕਰਨ ਅਨੁਸਾਰ ਪੜਨਾਮ ਹੈ ਅਤੇ ਝੌਂਪੜੀ ਦੇ ਦੁਆਰੇ ਗੱਲ ਹੋ ਰਹੀ ਹੈ ਕਿ ਝੌਂਪੜੀ, ਔਰ ਝੌਂਪੜੀ ਦੇ ਮਾਲਕੀ ਕਿਸ ਦੀ ਹੈ? ਸਾਧੂ ਦੀ। ਸੋ ਵਾਕ ਵਿੱਚ ਜਦੋਂ ਕਿਸੇ ਵੀ ਨਾਮ ਜਾਂ ਪੜਨਾਮ ਦੀ ਦੂਸਰੇ ਨਾਮ ਜਾਂ ਪੜਨਾਮ 'ਤੇ ਮਾਲਕੀ, ਅਧਿਕਾਰ ਜਾਂ ਕਬਜ਼ਾ ਪ੍ਰਗਟ ਹੋਵੇ ਉਹ ਸੰਬੰਧ ਕਾਰਕ ਹੁੰਦਾ ਹੈ। ਸੋ ਇੱਥੇ ਸਾਧੂ ਦੀ ਝੌਂਪੜੀ ਦੇ ਉੱਤੇ ਮਾਲਕੀ ਸਪਸ਼ਟ ਹੋ ਰਹੀ ਹੈ। ਸੋ ਇਸ ਵਾਕ ਦੇ ਵਿੱਚ ਸਾਧੂ ਸ਼ਬਦ ਜਿਹੜਾ ਹੈ ਉਹ ਸੰਬੰਧ ਕਾਰਕ ਹੈ।
ईडी यह मेरा पेन है। इस वाक दे विच पेन शब्द जिहड़ा है वह व्याकरण अनुसार नाम है, यह शब्द जिहड़ा है वह व्याकरण के अनुसार पड़नाम है, तो मेरा शब्द भी पड़नाम ही है। सो इत्थे पेन की गल है, पेन किसदा है? मेरा। सो मालकी किसदी पता लग रही है कि पेन ते मालकी जा अधिकार किसदा है? मेरा शब्द का। सो मेरा शब्द पड़नाम है, पर नाल ही व्याकरण के अनुसार संबंध कारक भी है क्योंकि वह अपनी मालकी दर्शा रहा है पेन दे उत्ते। सो उपरोक्त वाकों में लकीरे हुए शब्द राहुल, साधु ते मेरा, ये सारे ही व्याकरण के अनुसार संबंध कारक हैं क्योंकि ये अपनी किसी नाम या पड़नाम के उत्ते अपनी मालकी जड़ी है दर्शा रहे हैं। आओ हुण करदे हां संबंध कारक की परिभाषा। जिस नाम या पड़नाम का किसी होर नाम या पड़नाम नाल अधिकार, कब्जे या मालकी वाला संबंध होवे, उस नाम या पड़नाम नूं संबंध कारक गिणिया जांदा है। सो यह सी संबंध कारक की परिभाषा। हुण असी कारक की अगली किस्म अधिकरण कारक करते हाँ। आओ करते हाँ अधिकरण कारक नाल संबंधित कुछ उदाहरण। वाक ऊड़ा कंप्यूटर मेज उत्ते है। हुण इस वाक दी पहचान की है कि किसी चीज़ का जो आसरा लिया जाए जां कितों किस उत्ते चीज़ पई है, तो जे असी इहदे कारकी चिन्ह जां संबंधकी चिन्ह वेखदे आ उह इहदे हुंदे ने ते, उत्ते, विच जां अंदर। हुण इस वाक दे विच कंप्यूटर पिया है, कित्थे पिया है? मेज उत्ते। आसरा किहदा लिया कंप्यूटर ने? मेज दा। सो किरिया दा कम जिस नाम जां पड़नाम दे आसरे होवे जां जिस थां ते होवे उत्थे अधिकरण कारक हुंदा है। हुण कंप्यूटर दा काम किस दे उत्ते हो रहा है? मेज उत्ते। उसने मेज दा आसरा लिया है। सो इस करके इस वाक दे विच मेज उत्ते शब्द जिहड़ा है वह अधिकरण कारक है। वाक ऐड़ा बच्चा कमरे विच खेडदा है। हुण इत्थे अधिकरण कारक दा जिहड़ा चिन्ह है संबंधकी चिन्ह जां कारकी चिन्ह वह है विच। सो बच्चा कित्थे खेडदा है? जिथे कित्थे किवें किस तों किसदा किसदी, ये प्रश्न का उत्तर लभदा होवे जिस शब्द तो वह वाक दे विच अधिकरण कारक हुंदा है। हुण बच्चा कित्थे खेडदा है? बच्चा कमरे विच खेडदा है। सो इस करके बच्चे ने किहदा आसरा लिया है? कमरे का खेडन दे लई। सो इस वाक दे विच कमरे विच जिहड़ा शब्द है वह अधिकरण कारक है। ईड़ी कोठे उत्ते चढ़ो। कित्थे चढ़ो? कोठे उत्ते। सो इस वाक दे विच कोठे उत्ते शब्द जिहड़ा है वह अधिकरण कारक है कि कित्थे चढ़न दा आसरा लिया गया है? कोठे उत्ते। सो इस करके कोठे उत्ते शब्द जिहड़ा है अधिकरण कारक है। सो उपरोक्त वाकों विच लकीरे हुए शब्द मेज उत्ते, कमरे विच, कोठे उत्ते, ये शब्द जिहड़े ने व्याकरण के अनुसार अधिकरण कारक हैं। आओ हुण असी अधिकरण कारक की परिभाषा करते हाँ। वाक विच किरिया का काम जिस नाम जां पड़नाम के आसरे जां जिस थां ते होवे उस नूं अधिकरण कारक कहिंदे हन। ऐसी अधिकरण कारक की परिभाषा। हुण असी कारक की आखरी किस्म संबोधन कारक करते हाँ। आओ करते हाँ कुछ उदाहरण। ऊड़ा ओए मुंडिया संभल के चल। वाक विच नाम जां पड़नाम नूं संबोधन करने लई जिहड़े शब्द वरते जांदे ने ओह संबोधनी कारक हुंदे हन। संबोधनी कारक की एक पहचान चिन्ह यह भी है कि इस विच संबोधन करन वाले नूं उसदे मगर विस्मिक चिन्ह जिहड़ा लगाया जांदा है। जिवें पहले वाक दे विच ओए मुंडिया संबोधनी शब्द है ते उस तो बाद विस्मिक चिन्ह लगा है, इस करके इस वाक दे विच ओए मुंडिया शब्द जिहड़ा है वो संबोधन कारक है जिहड़ा कि किसी नूं संबोधित किया जाता है। वाक ऐड़ा हाय रब्बा,
ਇਹ ਕੀ ਭਾਣਾ ਵਰਤ ਗਿਆ ਹੈ। ਇਸ ਵਾਕ ਦੇ ਵਿੱਚ ਹਾਏ ਰੱਬਾ ਸ਼ਬਦ ਜਿਹੜਾ ਹੈ ਉਹ ਸੰਬੋਧਨੀ ਕਾਰਕ ਹੈ ਜਿਸ ਵਿੱਚ ਸੰਬੋਧਨ ਕੀਤਾ ਗਿਆ ਹੈ। ਵਾਕ ਨੰਬਰ ਈੜੀ ਨੀ ਬੰਤੋ ਤੂੰ ਕਿਉਂ ਰੋਨੀ ਹੈ। ਇਸ ਵਾਕ ਦੇ ਵਿੱਚ ਨੀ ਬੰਤੋ ਸ਼ਬਦ ਨੂੰ ਸੰਬੋਧਨ ਕੀਤਾ ਗਿਆ ਹੈ ਇਸ ਕਰਕੇ ਇਹ ਸੰਬੋਧਨੀ ਕਾਰਕ ਹੈ। ਸੋ ਉਪਰੋਕਤ ਵਾਕਾਂ ਦੇ ਵਿੱਚ ਓਏ ਮੁੰਡਿਆ ਹਾਏ ਰੱਬਾ ਅਤੇ ਨੀ ਬੰਤੋ ਸ਼ਬਦ ਜਿਹੜੇ ਨੇ ਵਿਆਕਰਨ ਦੇ ਅਨੁਸਾਰ ਸੰਬੋਧਨ ਕਾਰਕ ਹਨ। ਆਓ ਕਰਦੇ ਹਾਂ ਹੁਣ ਸੰਬੋਧਨ ਕਾਰਕ ਦੀ ਪਰਿਭਾਸ਼ਾ। ਜਿਸ ਵਾਕ ਵਿੱਚ ਨਾਮ ਜਾਂ ਪੜਨਾਮ ਨੂੰ ਸੰਬੋਧਨ ਕਰਨ ਲਈ ਵਰਤਿਆ ਜਾਵੇ ਉਸ ਨੂੰ ਸੰਬੋਧਨੀ ਕਾਰਕ ਕਿਹਾ ਜਾਂਦਾ ਹੈ। ਸੋ ਇਹ ਸਨ ਕਾਰਕ ਦੀਆਂ 8 ਕਿਸਮਾਂ। ਮੈਨੂੰ ਆਸ ਹੈ ਕਿ ਤੁਹਾਨੂੰ ਮੇਰੇ ਵੱਲੋਂ ਕਰਵਾਈਆਂ ਹੋਈਆਂ ਕਾਰਕ ਦੀਆਂ ਇਹ ਕਿਸਮਾਂ ਸਮਝ ਆ ਗਈਆਂ ਹੋਣਗੀਆਂ। ਮਿਲਦੇ ਹਾਂ ਫਿਰ ਕਿਸੇ ਨਵੇਂ ਵਿਸ਼ੇ ਦੇ ਨਾਲ। ਉਦੋਂ ਤੱਕ ਅਲਵਿਦਾ। ਧੰਨਵਾਦ ਜੀ।